ਤਾਂ ਸ਼ਹਿਰ ਦੀਆਂ ਸੜਕਾਂ ਤੇ ਬੇਕਾਬੂ ਹੋ ਕੇ ਇੱਕ ਟਰੱਕ ਘੁੰਮਦਾ ਹੋਇਆ ਵਿਖਾਈ ਦਿੱਤਾ ਹੈ। ਸੀਸੀਟੀਵੀ ਤਸਵੀਰਾਂ ਦੇ ਵਿੱਚ ਇਸ ਟਰੱਕ ਦੀਆਂ ਤਸਵੀਰਾਂ ਕੈਦ ਹੋਈਆਂ ਨੇ, ਜਿਸ ਨੇ ਕਈ ਲੋਕਾਂ ਦੀ ਜਾਨ ਨੂੰ ਆਫਤ ਪਾ ਦਿੱਤੀ ਹੈ। ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ, ਇੱਕ ਤੇਜ਼ ਰਫ਼ਤਾਰ ਟਰੱਕ, ਜਾਣਕਾਰੀ ਅਨੁਸਾਰ ਇਸ ਟਰੱਕ ਦੀ ਬ੍ਰੇਕਾਂ ਫੇਲ ਹੋ ਗਈਆਂ ਨੇ, ਜਿਸ ਤੋਂ ਬਾਅਦ ਇਹ ਰੋਂਗ ਸਾਈਡ 'ਤੇ ਪੈ ਗਿਆ ਅਤੇ ਕਾਰਾਂ ਨੂੰ ਟੱਕਰ ਮਾਰਦਾ ਹੋਇਆ ਪੂਰੇ ਸ਼ਹਿਰ 'ਚ ਇਸਨੇ ਤਬਾਹੀ ਮਚਾ ਦਿੱਤੀ। ਦਰਅਸਲ ਇਸ ਟਰੱਕ ਦੇ ਵਿੱਚ ਇੱਟਾਂ ਲੋਡ ਨੇ। ਇਸ ਟਰੱਕ ਦੇ ਐਕਸੀਡੈਂਟ ਕਰਕੇ, ਇਸ ਟਰੱਕ ਕਰਕੇ 6 ਤੋਂ 7 ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਤਾਂ ਦੇਖ ਹੀ ਸਕਦੇ ਹੋ ਕਿ ਕਿਵੇਂ ਪੂਰੇ ਸ਼ਹਿਰ ਦੇ ਵਿੱਚ ਇਸ ਟਰੱਕ ਨੇ ਤਬਾਹੀ ਮਚਾਈ ਹੈ। ਦਰਅਸਲ ਦੱਸ ਦਈਏ ਕਿ ਡਰਾਈਵਰ ਇਸਨੂੰ ਤੇਜ਼ ਰਫ਼ਤਾਰ 'ਚ ਚਲਾ ਰਿਹਾ ਸੀ, ਤਾਂ ਅਚਾਨਕ ਇਸ ਦੀਆਂ ਬ੍ਰੇਕਾਂ ਫੇਲ ਹੋ ਜਾਂਦੀਆਂ ਨੇ, ਜਿਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੂਰੇ ਸ਼ਹਿਰ ਦੀਆਂ ਸੜਕਾਂ 'ਤੇ ਇਹ ਘੁੰਮਦਾ ਹੋਇਆ ਦਿਖਾਈ ਦਿੱਤਾ। ਇਹ ਟਰੱਕ ਇਸਦੀ ਡਾਲੇ ਦੇ ਵਿੱਚੋਂ ਇੱਟਾਂ ਵੀ ਡਿੱਗਦੀਆਂ ਹੋਈਆਂ ਤੁਹਾਨੂੰ ਦਿਖਾਈ ਦੇ ਰਹੀਆਂ ਹੋਣਗੀਆਂ, ਜਿਸ ਕਰਕੇ ਕਈ ਲੋਕ ਜ਼ਖਮੀ ਹੋਏ ਨੇ, ਕਈ ਗੱਡੀਆਂ ਨੁਕਸਾਨੀਆਂ ਗਈਆਂ ਨੇ ਅਤੇ ਕਈ ਸੜਕਾਂ ਵੀ ਖਰਾਬ ਹੋ ਗਈਆਂ ਨੇ। ਮਤਲਬ ਸਰਕਾਰੀ ਨੁਕਸਾਨ ਵੀ ਹੋਇਆ ਹੈ, ਲੋਕਾਂ ਦਾ ਮਾਲੀ ਨੁਕਸਾਨ ਵੀ ਹੋਇਆ ਹੈ, ਕਈ ਗੱਡੀਆਂ ਨੁਕਸਾਨੀਆਂ ਗਈਆਂ ਨੇ, ਟਰੱਕ ਵੀ ਪੂਰੀ ਤਰੀਕੇ ਦੇ ਨਾਲ ਤਬਾਹ ਹੋ ਗਿਆ ਹੈ। ਤਾਂ ਪੂਰੇ ਸ਼ਹਿਰ ਦੇ ਵਿੱਚ ਬ੍ਰੇਕਾਂ ਫੇਲ ਹੋਣ ਤੋਂ ਬਾਅਦ ਇਹ ਟਰੱਕ ਘੁੰਮਦਾ ਰਿਹਾ ਅਤੇ ਅੰਤ 'ਤੇ ਜਾ ਕੇ ਇੱਕ ਦੀਵਾਰ 'ਚ ਵੱਜਦਾ ਹੈ, ਜਿਸ ਤੋਂ ਬਾਅਦ ਰੁਕ ਜਾਂਦਾ ਹੈ। ਪਰ ਤੁਸੀਂ ਦੇਖ ਸਕਦੇ ਹੋ ਕਿ ਕਈ ਘੰਟਿਆਂ ਤੱਕ ਇਸ ਟਰੱਕ ਨੇ ਪੂਰੇ ਸ਼ਹਿਰ ਦੇ ਵਿੱਚ ਕਿਵੇਂ ਤਬਾਹੀ ਮਚਾਈ ਹੈ। ਤਾਂ ਦੱਸ ਦਈਏ ਕਿ ਇਹ ਤਸਵੀਰਾਂ ਪੇਰੂ ਦੇਸ਼ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੋਂ ਦੀ ਰਾਜਧਾਨੀ ਲੀਮਾ ਦੇ ਵਿੱਚ ਇਸ ਟਰੱਕ ਦੀਆਂ ਬ੍ਰੇਕਾਂ ਫੇਲ ਹੋ ਗਈਆਂ, ਇੱਟਾਂ ਦੇ ਨਾਲ ਭਰਿਆ ਇਹ ਟਰੱਕ ਪੂਰੇ ਸ਼ਹਿਰ ਦੇ ਵਿੱਚ ਤਬਾਹੀ ਦੀ ਮਚਾਉਂਦਾ ਹੋਇਆ ਸੀਸੀਟੀਵੀ ਤਸਵੀਰਾਂ ਦੇ ਵਿੱਚ ਕੈਦ ਹੋ ਗਿਆ। ਕਈ ਗੱਡੀਆਂ ਇਸ ਕਰਕੇ ਨੁਕਸਾਨੀਆਂ ਗਈਆਂ ਨੇ, ਪੂਰੇ ਸ਼ਹਿਰ ਦੀਆਂ ਸੜਕਾਂ ਤਬਾਹ ਹੋ ਗਈਆਂ, ਕਿਉਂਕਿ ਕਾਫੀ ਤੇਜ਼ ਰਫ਼ਤਾਰ ਦੇ ਨਾਲ ਇਹ ਟਰੱਕ ਜਾ ਰਿਹਾ ਸੀ ਅਤੇ ਇਸਨੇ ਰੋਂਗ ਸਾਈਡ ਪਾ ਲਿਆ, ਡਰਾਈਵਰ ਨੇ ਰੋਂਗ ਸਾਈਡ ਪਾ ਲਿਆ ਇਸਨੂੰ, ਜਿਸ ਕਰਕੇ ਸਾਹਮਣਿਓਂ ਆ ਰਹੀਆਂ ਗੱਡੀਆਂ ਇਸ ਦੇ ਵਿੱਚ ਕਈ ਵੱਜੀਆਂ ਅਤੇ ਕਈ ਗੱਡੀਆਂ ਦੇ ਵਿੱਚ ਉੱਤੇ ਇੱਟਾਂ ਡਿੱਗੀਆਂ, ਜਿਸ ਕਰਕੇ ਕਾਫੀ ਨੁਕਸਾਨ ਹੋ ਗਿਆ। ਇੱਕ ਥਾਂ 'ਤੇ ਤਾਂ ਇਸ ਟਰੱਕ ਦਾ ਟਾਇਰ ਹੀ ਨਿਕਲ ਗਿਆ, ਜਿਸ ਕਰਕੇ ਇਸ ਦੀ ਰਫ਼ਤਾਰ ਥੋੜ੍ਹੀ ਹੌਲੀ ਹੋਈ ਅਤੇ ਅੰਤ 'ਚ ਜਾ ਕੇ ਇਹ ਟਰੱਕ ਰੁਕ ਜਾਂਦਾ ਹੈ। ਪਰ ਕਾਫੀ ਦੇਰ ਤੱਕ ਇਹ ਟਰੱਕ ਤਬਾਹੀ ਮਚਾਉਂਦਾ ਰਿਹਾ ਪੂਰੇ ਸ਼ਹਿਰ ਦੇ ਵਿੱਚ, ਇਸ ਕਰਕੇ ਕਈ ਲੋਕਾਂ ਦਾ ਵੀ ਨੁਕਸਾਨ ਹੋਇਆ, ਇਹ ਲੋਕਾਂ ਨੂੰ ਸੱਟਾਂ ਆਈਆਂ ਨੇ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਪੇਰੂ ਦੇਸ਼ ਦੇ ਲੀਮਾ ਸ਼ਹਿਰ ਦੀਆਂ, ਜੋ ਕਿ ਪੇਰੂ ਦੀ ਰਾਜਧਾਨੀ ਹੈ, ਜਿੱਥੇ ਇਸ ਟਰੱਕ ਦੀਆਂ ਬ੍ਰੇਕਾਂ ਫੇਲ ਹੋ ਗਈਆਂ ਅਤੇ ਇਸ ਕਰਕੇ ਕਾਫੀ ਨੁਕਸਾਨ ਹੋਇਆ।